ਘੱਟ ਤਨਖਾਹ ਦੇ ਰੈਗੂਲਰ ਕਰਨ ਦੇ ਸਰਕਾਰ ਦੇ ਫੈਸਲੇ ਵਿਰੁੱਧ ਅਧਿਆਪਕਾਂ ਦਾ ਸਰਕਾਰ ਪ੍ਰਤੀ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸੇ ਦੇ ਚੱਲਦਿਆਂ ਲੁਧਿਆਣਾ 'ਚ ਅਧਿਆਪਕਾਂ ਵੱਲੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੌਰਾਨ ਅਧਿਆਪਕਾਂ ਅਤੇ ਪੁਲਿਸ ਵਿਚਕਾਰ ਜੰਮ ਕੇ ਧੱਕਾ ਮੁੱਕੀ ਹੋਈ। ਇੱਥੋਂ ਤੱਕ ਕਿ ਅਧਿਆਪਕਾਂ ਵੱਲੋਂ ਸਰਕਾਰ ਖਿਲਾਫ਼ ਰੋਸ ਵਜੋਂ ਫੂਕਿਆ ਜਾਣ ਵਾਲਾ ਪੁਤਲਾ ਵੀ ਜਲਾਉਣ ਤੋਂ ਪਹਿਲਾਂ ਹੀ ਲੀਰੋ ਲੀਰ ਹੋ ਗਿਆ, ਜਿਸ ਤੋਂ ਬਾਅਦ ਅਧਿਆਪਕਾਂ ਨੇ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਲੈ ਗਏ ਇਸ ਫੈਸਲੇ ਤੇ ਸਿੱਖਿਆ ਮੰਤਰੀ ਜਿਹੜੀ ਆਨਲਾਈਨ ਪੋਲ ਕਰਵਾ ਕੇ 94% ਅਧਿਆਪਕਾਂ ਦਾ ਹਾਂ ਪੱਖੀ ਜਵਾਬ ਹੋਣ ਦਾ ਦਾਅਵਾ ਕਰ ਰਹੇ ਨੇ ਉਹ ਪੂਰੀ ਤਰ੍ਹਾਂ ਗਲਤ ਹੈ। ਉਹਨਾਂ ਕਿਹਾ ਕਿ ਸੰਘਰਸ਼ ਕਰ ਰਹੇ ਅਧਿਆਪਕਾਂ ਕੋਲ ਸਬੂਤ ਨੇ ਕਿ ਉਹ ਪਹਿਲੇ ਦਿਨ ਤੋਂ ਹੀ ਰੈਗੂਲਰ ਨੇ, ਪਰ ਸਿੱਖਿਆ ਮੰਤਰੀ ਨੂੰ ਅਜਿਹਾ ਕੁਝ ਵੀ ਨਜ਼ਰ ਨਹੀਂ ਆ ਰਿਹਾ। ਅਧਿਆਪਕਾਂ ਨੇ ਸਿੱਖਿਆ ਮੰਤਰੀ ਓਪੀ ਸੋਨੀ ਨੂੰ ਖੁੱਲੀ ਬਹਿਸ ਕਰਨ ਦੀ ਚੁਣੌਤੀ ਤੱਕ ਦੇ ਦਿੱਤੀ ਕਿ ਸਿੱਖਿਆ ਮੰਤਰੀ ਚਾਹੇ ਜਿੰਨੇ ਮਰਜ਼ੀ ਆਨਲਾਈਨ ਪੋਲ ਕਰਾ ਲੇ, ਅਸੀਂ ਕਿਸੇ ਆਨਲਾਈਨ ਪੋਲ ਦੀ ਵੋਟਿੰਗ ਨੂੰ ਨਹੀਂ ਮੰਨਦੇ। ਜੇ ਉਹਨੇ ਵਾਕਈ ਸਾਨੂੰ ਰੈਗੂਲਰ ਕਰਨਾ ਸਾਡੀਆਂ ਸ਼ਰਤਾਂ ਤੇ ਤੇ ਸਾਨੂੰ ਚੰਡੀਗੜ੍ਹ ਬੁਲਾਵੇ, ਮੈਨੂਅਲੀ ਸਾਡੇ ਕੋਲ ਸਾਈਨ ਕਰਾਵੇ ਕਿ ਅਸੀਂ ਕੀ ਚਾਹੁੰਦੇ ਆ, ਸਾਡੇ ਤੇ ਆਪਣੇ ਝੂਠੇ ਦਾਅਵੇ ਨਾ ਪੇਸ਼ ਕਰੇ ਕਿ 94% ਉਹਦੇ ਨਾਲ ਰਲੇ ਹੋਏ ਨੇ। ਕਿਹੜੇ ਰਲੇ ਨੇ, ਗੱਲ ਉਹਦੇ ਕੋਲ ਇੱਕ ਵੀ ਨਹੀਂ ਹੈ। ਜੇ ਕੋਈ ਰਿਪੋਰਟਰ ਪੁੱਛਦਾ ਤੇ ਉੱਠ ਕੇ ਚਲੇ ਜਾਂਦੇ ਨੇ ਕਿ ਸਾਡੇ ਕੋਲ ਸਬੂਤ ਹੈਗੇ ਨੇ ਕਿ ਅਸੀਂ ਪੱਕੇ ਹੈਗੇ ਪਹਿਲੇ ਦਿਨ ਤੋਂ। ਸਿੱਖਿਆ ਮੰਤਰੀ ਕਹਿੰਦਾ ਸੋਸਾਇਟੀ ਦੇ ਵਰਕਰ ਨੇ, ਸਾਡੇ ਨਾਲ ਸਾਹਮਣੇ ਆ ਕੇ ਗੱਲ ਕਰੇ ਤਾਂ ਉਹ ਸਾਨੂੰ ਗੱਲ ਕਰੇਗੀ। ਅਸੀਂ ਸੋਸਾਇਟੀ ਦੇ ਬੌਂਡ ਕੈਡਰ, ਅਸੀਂ ਨਵੇਂ ਸਿਰੇ ਤੋਂ ਕਿਵੇਂ ਕੰਮ ਕਰ ਦਈਏ? ਕਿਹੜਾ ਕਾਨੂੰਨ ਇਹ ਕਹਿੰਦਾ ਕਿ ਕਿਸੇ ਵੀ ਮੁਲਾਜ਼ਮ ਦੀ ਤਨਖਾਹ ਘਟਾ ਕੇ ਤੁਸੀਂ ਉਹਦੇ ਤੇ ਕਟੌਤੀ ਲਾ ਦਿਓ? ਕਿਹੜਾ ਕਾਨੂੰਨ ਹੈਗਾ ਵਾ? ਸਾਨੂੰ ਦੱਸੇ ਜਰਾਓ, ਅਸੀਂ ਉਹਦੇ ਨਾਲ ਬਹਿਸ ਕਰਨ ਨੂੰ ਤਿਆਰ ਹਾਂ, ਸਾਡੇ ਨਾਲ ਗੱਲ ਕਰਿਓ। ਲੁਧਿਆਣਾ ਤੋਂ ਵਿਕਟਲ ਦੇ ਨਾਲ ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ।